ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਹਾਂ ਸੁਮਨਪ੍ਰੀਤ ਕੌਰ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 29 ਅਕਤੂਬਰ 2021 ਦੇ ਇੰਪੋਰਟੈਂਟ ਕਰੰਟ ਅਫੇਅਰ ਦੇ ਕੁਐਸਚਨਸ ਹਰੇਕ ਕੁਐਸਚਨ ਦੇ ਨਾਲ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਣਾ ਕੁਐਸਚਨ ਨੰਬਰ 1 ਵਿਸ਼ਵ ਆਡੀਓ ਵਿਜ਼ੂਅਲ ਵਿਰਾਸਤੀ ਦਿਵਸ ਕਦੋਂ ਮਨਾਇਆ ਜਾਂਦਾ ਹੈ ਹਾਂਜੀ ਹਰ ਸਾਲ 27 ਅਕਤੂਬਰ ਨੂੰ ਵਿਸ਼ਵ ਆਡੀਓ ਵਿਜ਼ੂਅਲ ਵਿਰਾਸਤੀ ਦਿਵਸ ਮਨਾਇਆ ਜਾਂਦਾ ਹੈ ਕਿਹੜਾ ਦਿ ਮਨਾਇਆ ਜਾਂਦਾ ਵਰਲਡ ਡੇ ਫਾਰ ਆਡੀਓ ਵਿਜ਼ੂਅਲ ਹੈਰੀਟੇਜ ਠੀਕ ਹੈ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਕਿਹੜੇ ਦੇਸ਼ ਨੇ ਆਪਣਾ ਨਵਾਂ ਸਰਹੰਦੀ ਕਾਨੂੰਨ ਪਾਸ ਕੀਤਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਬੀ ਚਾਈਨਾ ਹਾਂਜੀ ਚੀਨ ਦੇਸ਼ ਨੇ ਆਪਣਾ ਇੱਕ ਨਵਾਂ ਸਰਹੰਦੀ ਕਾਨੂੰਨ ਪਾਸ ਕੀਤਾ ਹੈ ਠੀਕ ਹੈ ਹੁਣ ਅਸੀਂ ਗੱਲ ਕਰ ਲਈਏ ਚੀਨ ਦੀ ਤੇ ਚੀਨ ਨੇ ਚੀਨ ਦੀ ਕੈਪੀਟਲ ਕੀ ਹੈ ਬਿਜ਼ਿੰਗ ਚੀਨ ਦੀ ਕਰੰਸੀ ਕੀ ਹੈ ਰੇਨ ਮੀਨਵੀ ਤੇ ਚੀਨ ਦੇ ਪ੍ਰੈਜ਼ੀਡੈਂਟ ਹੈਗੇ ਆ ਜੀ ਜਿਨਪਿੰਗ ਚੀਨ ਨੇ ਰੀਸੈਂਟਲੀ ਸਾਈਨੋਫਾਰਮ ਵੈਕਸਿਨ ਬਣਾਈ Mars Rover ਹੈਗਾ ਇੱਕ ਗ੍ਰਹਿ ਦਾ ਨਾਮ ਜਿਹਦਾ ਨਾਮ ਹੈ ਚੁਰੋਂਗ ਮੰਗਲ ਗ੍ਰਹਿ ਦੇ ਉੱਪਰ ਉਤਾਰਿਆ ਇਹ ਕਚਰੇ ਦੇ ਉਤਪਾਦਨ ਦੇ ਵਿੱਚ ਸਭ ਤੋਂ ਪੂਰੇ ਦੇਸ਼ ਦੇ ਵਿੱਚੋਂ ਮਤਲਬ ਕਿ ਪੂਰੀ ਦੁਨੀਆ ਦੇ ਵਿੱਚੋਂ ਨੰਬਰ 1 ਤੇ ਆ ਚੀਨ ਯਾਦ ਰੱਖਣਾ ਇਹ ਕਚਰੇ ਦੇ ਉਤਪਾਦਨ ਦੇ ਵਿੱਚ ਤੇ ਪਲਾਸਟਿਕ ਕਚਰੇ ਦੇ ਉਤਪਾਦਨ ਦੇ ਵਿੱਚ ਨੰਬਰ 1 ਤੇ ਆ ਅਮਰੀਕਾ हाई स्पीड मैगलेव ਦਾ ਸਫਲਤਾਪੂਰਵਕ ਪ੍ਰੀਖਣ ਚਾਈਨਾ ਨੇ ਕੀਤਾ ਬੇਡਿਊ ਨਾਮ ਦਾ ਨੈਵੀਗੇਸ਼ਨ ਸਟੇਲਾਈਟ ਚੀਨ ਨੇ ਲਾਂਚ ਕੀਤਾ ਇਹਨਾਂ ਤੁਸੀਂ ਯਾਦ ਰੱਖਣਾ ਚੀਨ ਦੇ ਬਾਰੇ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਕਿਹੜੇ ਦੇਸ਼ ਦੇ ਜਲ ਸੈਨਾ ਮੁਖੀ ਐਡਮਿਰਲ ਐਮ ਸਾਹਿਨ ਇਕਬਾਲ ਨੇ ਹਾਲ ਹੀ ਵਿੱਚ ਭਾਰਤ ਦਾ ਦੌਰਾ ਕੀਤਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਬੀ ਬੰਗਲਾਦੇਸ਼ ਹਾਂਜੀ ਬੰਗਲਾਦੇਸ਼ ਦੇ ਜਲ ਸੈਨਾ ਮੁਖੀ ਐਡਮਿਰਲ ਐਮ ਸਾਹਿਨ ਇਕਬਾਲ ਨੇ ਭਾਰਤ ਦਾ ਦੌਰਾ ਕੀਤਾ। ਹਾਂਜੀ ਹੁਣ ਅਸੀਂ ਗੱਲ ਕਰ ਰਹੇ ਹਾਂ ਬੰਗਲਾਦੇਸ਼ ਦੀ ਬੰਗਲਾਦੇਸ਼ ਦੀ ਕੈਪੀਟਲ ਕੀ ਆ ਡਾਕਾ ਕਰੰਸੀ ਕੀ ਆ ਟਕਾ ਤੇ ਇਥੋਂ ਦੇ ਪ੍ਰਾਈਮ ਮਿਨਿਸਟਰ ਹੈਗੇ ਆ ਸੇਖ ਹਸੀਨਾ ਤੇ ਪ੍ਰੈਜ਼ੀਡੈਂਟ ਆ ਅਬਦੁੱਲਾ ਹਾਮਿਦ। ਇੰਡੀਆ ਤੇ ਬੰਗਲਾਦੇਸ਼ ਦੇ ਵਿੱਚ ਸੰਪਰਤੀ ਨਾਮ ਦੀ ਡਿਫੈਂਸ ਐਕਸਰਸਾਈਜ਼ ਹੁੰਦੀ ਆ। ਇਸ ਬਾਰੇ ਮਹਾਲਿਆ ਦੇ ਵਿੱਚ ਹੋਈ ਆ। ਮੁਫਤ ਇੰਟਰਨੈਟ ਸੇਵਾਵਾਂ 'ਤੇ પ્રતિਬੰਧ ਲਗਾ ਦਿੱਤਾ ਬੰਗਲਾਦੇਸ਼ ਨੇ ਡਿਜੀਟਲ ਹਾਟ ਨਾਮ ਦਾ ਪਲੇਟਫਾਰਮ ਲਾਂਚ ਕੀਤਾ ਬੰਗਲਾਦੇਸ਼ ਨੇ ਬੰਗਲਾਦੇਸ਼ ਦੇ ਆਪਣਾ ਜੋ ਜੋ ਨਾਮ ਦਾ ਵੀ ਇੱਕ ਸੋਸ਼ਲ ਮੀਡੀਆ ਐਪ ਬਣਾਇਆ ਜਿੱਦਾਂ ਫੇਸਬੁੱਕ ਦਾ ਸੇਮ ਉਸੇ ਤਰ੍ਹਾਂ ਜੋ ਜੋ ਨਾਮ ਦਾ ਆਪਣਾ ਖੁਦ ਦਾ ਸੋਸ਼ਲ ਮੀਡੀਆ ਪਲੇਟਫਾਰਮ ਬਣਾਇਆ ਬੰਗਲਾਦੇਸ਼ ਨੇ ਨੈਕਸਟ ਕੁਐਸਚਨ ਹਾਲ ਹੀ ਵਿੱਚ ਐਸ ਬੀ ਆਈ ਜਰਨਲ ਇੰਸ਼ੋਰੈਂਸ ਕਿਸ ਨਾਲ ਸਿਹਤ ਬੀਮੇ ਲਈ ਜੁੜੀ ਹੈ ਹਾਂਜੀ SBI ਜਰਨਲ ਇੰਸ਼ੋਰੈਂਸ ਫੋਨਪੇ ਦੇ ਨਾਲ ਸਿਹਤ ਬੀਮੇ ਦੇ ਲਈ ਜੁੜੀ ਆ ਹੁਣ ਤੁਸੀਂ ਫੋਨਪੇ ਦੇ ਨਾਲ SBI ਜਰਨਲ ਇੰਸ਼ੋਰੈਂਸ ਦਾ ਹੈਲਥ ਇੰਸ਼ੋਰੈਂਸ ਲੈ ਸਕਦੇ ਹੋ ਠੀਕ ਹੈ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਕਿਹੜੇ ਰਾਜ ਵਿੱਚ ਸਹਿਰੀ ਗਤੀਸ਼ੀਲਤਾ ਦਾ ਸਮਰਥਨ ਕਰਨ ਲਈ ADB ਨਾਲ 45 ਡਾਲਰ ਮਿਲੀਅਨ ਦੇ ਕਰਜ਼ੇ ਤੇ ਸਮਝੌਤੇ ਤੇ ਦਸਖਤ ਕੀਤੇ ਹਨ ADB ਠੀਕ ਹੈ ਹਾਂਜੀ ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਕਿਹੜੇ ਦੇਸ਼ ਵਿੱਚ ਸਹਿਰੀ ਗਤੀਸ਼ੀਲਤਾ ਦਾ ਸਮਰਥਨ ਕਰਨ ਲਈ ADB ਨਾਲ 45 ਮਿਲੀਅਨ ਡਾਲਰ ਦੇ ਕਰਜ਼ੇ ਤੇ ਸਮਝੌਤੇ ਤੇ ਦਸਖਤ ਕੀਤੇ ਆ ਰਾਈਟ ਆਨਸਰ ਹੈ ਜੀ অপਸ਼ਨ ਨੰਬਰ B ਮਿਜ਼ੋਰਮ ਹਾਂਜੀ ਮਿਜ਼ੋਰਮ ਦੇ ਨਾਲ ਕੀਤੇ ਆ ਮਿਜ਼ੋਰਮ ਦੇ ਵਿੱਚ ਸਹਿਰੀ ਗਤੀਸ਼ੀਲਤਾ ਦਾ ਸਮਰਥਨ ਕਰਨ ਦੇ ਲਈ ADB ਨਾਲ 45 ਮਿਲੀਅਨ ਡਾਲਰ ਦੇ ਕਰਜ਼ੇ ਤੇ ਦਸਖਤ ਕੀਤੇ ਆ ਹਾਂਜੀ ਹੁਣ ਅਸੀਂ ਗੱਲ ਕਰ ਰਹੇ ਹਾਂ ਮਿਜ਼ੋਰਮ ਦੀ ਮਿਜ਼ੋਰਮ ਦੀ ਕੈਪੀਟਲ ਕੀ ਆ ਆਇਜ਼ੋਲ ਤੇ ਇੱਥੋਂ ਦੇ ਚੀਫ ਮਿਨਿਸਟਰ ਕੌਣ ਨੇ ਜੋਗਮ ਥੰਗਾ ਤੇ ਇੱਥੋਂ ਦੇ ਗਵਰਨਰ ਕੌਣ ਨੇ ਕੇ ਹਰੀ ਬਾਗੂ ਤੇ ਮਿਜ਼ੋਰਮ ਦੇ ਵਿੱਚ ਚਾਂਪ ਚਾਰ ਕੂਟ ਤਿਹਾਰ ਮਨਾਇਆ ਜਾਂਦਾ ਹੈ ਯਾਦ ਰੱਖਣਾ ਪੀਪਰ ਦੇ ਵਿੱਚ ਰਿਪੀਟ ਹੋ ਚੁੱਕਿਆ ਹੈ ਠੀਕ ਹੈ ਮਿਜ਼ੋਰਮ ਦੇ ਵਿੱਚ ਚਾਰ ਚਾਪ ਚਾਰ ਕੂਟ ਤਿਹਾਰ ਮਨਾਇਆ ਜਾਂਦਾ ਹੈ ਠੀਕ ਹੈ ਦਮੱਪਾ ਟਾਈਗਰ ਰਿਜ਼ਰਵ ਮਿਜ਼ੋਰਮ ਦੇ ਵਿੱਚ ਆ ਪੁਵਾਲ ਰੰਗ ਵਾਇਰਲੈਸ ਸੈਂਚਰੀ ਮਿਜ਼ੋਰਮ ਦੇ ਵਿੱਚ ਆ ਹੁਣ ਅਸੀਂ ਗੱਲ ਕੀਤੀ ਸੀ ਏ ਡੀ ਬੀ ਦੀ ਏ ਡੀ ਬੀ ਦਾ ਮਤਲਬ ਕੀ ਆ ਸੌਰੀ ਏ ਡੀ ਐਫ ਦੀ ਫੁੱਲ ਏ ਡੀ ਬੀ ਦੀ ਫੁੱਲ ਫਾਰਮ ਕੀ ਆ ਏਸ਼ੀਅਨ ਡਿਵੈਲਪਮੈਂਟ ਬੈਂਕ ਤੇ ਇਹਦੀ ਸਥਾਪਨਾ ਕਦੋਂ ਹੋਈ ਸੀ 1968 ਦੇ ਵਿੱਚ ਦਾ ਹੈਡਕੁਆਰਟਰ ਕਿੱਥੇ ਆ ਫਿਲੀਪੀਨਸ ਦੇ ਵਿੱਚ ਇਹ ਤੁਸੀਂ ਯਾਦ ਰੱਖਣਾ ਨੈਕਸਟ ਕੁਐਸ਼ਨ ਹਾਲ ਹੀ ਵਿੱਚ 34 ਵਾਲਨਕੂਲ ਥਾਣੀ ਹਾਂਜੀ 34th ਚਿਲड्रन ਫ੍ਰੈਂਡਲੀ ਪੁਲਿਸ ਸਟੇਸ਼ਨ ਉੜੀਸਾ ਦੇ ਵਿੱਚ ਸਥਾਪਿਤ ਕੀਤਾ ਗਿਆ ਇਸ ਕੁਐਸ਼ਨ ਵਿੱਚ ਮਿਸਟੇਕ ਹੈ ਇੱਥੇ ਕੁਐਸ਼ਨ ਬਣਦਾ ਸੀ ਕਿ ਹਾਲ ਹੀ ਵਿੱਚ 34th ਚਿਲड्रन ਫ੍ਰੈਂਡਲੀ ਪੁਲਿਸ ਸਟੇਸ਼ਨ ਕਿੱਥੇ ਸਥਾਪਿਤ ਕੀਤਾ ਗਿਆ ਹੈ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਹੈ ਏ ਉੜੀਸਾ ਠੀਕ ਹੈ ਉੜੀਸਾ ਦੇ ਵਿੱਚ ਸਥਾਪਿਤ ਕੀਤਾ ਗਿਆ ਹੈ ਹੁਣ ਅਸੀਂ ਗੱਲ ਕਰ ਰਹੇ ਹਾਂ ਉੜੀਸਾ ਦੀ ਤੇ ਉੜੀਸਾ ਦੀ ਕੈਪੀਟਲ ਕੀ ਆ ਉੜੀਸਾ ਦੀ ਕੈਪੀਟਲ ਹੈ ਜੀ ਭੁਵਨੇਸ਼ਵਰ ਤੇ ਇਥੋਂ ਦੇ ਚੀਫ ਮਿਨਿਸਟਰ ਹੈਗੇ ਹਨ ਨਵੀਨ ਪਟਨਾਇਕ ਤੇ ਗਵਰਨਰ ਹੈ ਗਣੇਸ਼ੀਲਾ ਆਪ ਦਾ ਪ੍ਰਬੰਧਨ ਨੂੰ ਪ੍ਰਮੁੱਖ ਵਿਸ਼ਾ ਬਣਾਇਆ ਉੜੀਸਾ ਨੇ ਸਵਸਬਿੰਦੂ ਸਾਗਰ ਪਹਿਲ ਉੜੀਸਾ ਦੇ ਵਿੱਚ ਸ਼ੁਰੂ ਹੋਈ ਗਰੀਮਾ ਨਾਮ ਦੀ ਨਵੀਂ ਯੋਜਨਾ ਉੜੀਸਾ ਦੇ ਵਿੱਚ ਸ਼ੁਰੂ ਹੋਈ ਚੁਨਾਵੀੜਾ ਵਾਇਰਲੈਸ ਸੈਂਟਰੀ ਉੜੀਸਾ ਦੇ ਵਿੱਚ ਆ ਕੋਠਾਗਨ ਵਾਇਰਲੈਸ ਸੈਂਟਰੀ ਉੜੀਸਾ ਦੇ ਵਿੱਚ ਆ ਨਲਵਨ ਵਾਇਰਲੈਸ ਸੈਂਟਰੀ ਉੜੀਸਾ ਦੇ ਵਿੱਚ ਆ ਦੇਵ ਦੇਵਰੀਗਨ ਵਾਇਰਲੈਸ ਸੈਂਟਰੀ ਵੀ ਉੜੀਸਾ ਦੇ ਵਿੱਚ ਆ ਚਿਲਕਾ ਝੀਲ ਵੀ ਉੜੀਸਾ ਦੇ ਵਿੱਚ ਆ ਇਹ ਭਾਰਤ ਦੀ ਸਭ ਤੋਂ ਵੱਡੀ ਖਾਰੇ ਪਾਣੀ ਦੀ ਝੀਲ ਆ ਠੀਕ ਹੈ ਹਾਂਜੀ ਰਾਜਪਰਵ ਅਤੇ ਚਰਤਰ ਯਾਤਰਾ ਉਤਸਵ ਮਨਾਇਆ ਜਾਂਦਾ ਵਾ ਉੜੀਸਾ ਦੇ ਵਿੱਚ ਰਜਿਆ ਕੁਲੀਆ ਬੀਚ ਅਤੇ ਗੋਲਡਨ ਬੀਚ ਇਹ ਉੜੀਸਾ ਦੇ ਵਿੱਚ ਆ ਡਰਿੰਕ ਫੋਰ ਟੈਪ ਯੋਜਨਾ ਓਡੀਸਾ ਦੇ ਵਿੱਚ ਸ਼ੁਰੂ ਹੋਈ ਆ अर्बन ਗਵਰਨਰ ਇੰਡੈਕਸ ਵਿੱਚ ਓਡੀਸਾ ਟਾਪ ਤੇ ਆ ਇਹਨਾਂ ਤੁਸੀਂ ਯਾਦ ਰੱਖਣਾ ਓਡੀਸਾ ਦੇ ਬਾਰੇ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਭਾਰਤੀ ਮੂਲ ਦੀ ਅਨੀਤਾ ਆਨੰਦ ਨੂੰ ਕਿਸ ਦੇਸ਼ ਦਾ ਨਮਾ ਰੱਖਿਆ ਮੰਤਰੀ ਨਿਯੁਕਤ ਕੀਤਾ ਗਿਆ ਹੈ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੀ ਕੈਨੇਡਾ ਹਾਂਜੀ ਭਾਰਤੀ ਮੂਲ ਦੀ ਅਨੀਤਾ ਆਨੰਦ ਨੂੰ ਕੈਨੇਡਾ ਦਾ ਨਮਾ ਰੱਖਿਆ ਮੰਤਰੀ ਨਿਯੁਕਤ ਕੀਤਾ ਗਿਆ ਹੈ ਠੀਕ ਹੈ ਹੁਣ ਅਸੀਂ ਗੱਲ ਕਰ ਰਹੇ ਹਾਂ ਕੈਨੇਡਾ ਦੀ ਕੈਨੇਡਾ ਦੀ ਕੈਪੀਟਲ ਕੀ ਆ ਓਟਾਵਾ ਤੇ ਕਰੰਸੀ ਕੀ ਆ ਕੈਨੇਡੀਅਨ ਡਾਲਰ ਤੇ ਇਥੋਂ ਦੇ ਪ੍ਰਾਈਮ ਮਿਨਿਸਟਰ ਹੈਗੇ ਆ ਜਸਟਿਨ ਟੂਡੋ ਅਤੇ ਜਸਟਿਨ ਟੂਡੋ ਨੇ ਹੀ ਆਪਣੇ ਮੰਤਰੀ ਮੰਡਲ ਵਿੱਚ ਫੇਅਰਵਲ ਕੀਤਾ ਅਤੇ ਨਵੇਂ ਰੱਖਿਆ ਮੰਤਰੀ ਅਪੋਇੰਟ ਕੀਤਾ ਅਨੀਤਾ ਆਨੰਦ ਨੂੰ ਨੈਕਸਟ ਕੁਐਸਚਨ हाल ही ਵਿੱਚ ਅੰਮ੍ਰਿਤ ਮਹਾਉਤਸਵ ਪੋਡਕਾਸਟ ਕਿਸ ਨੇ ਲਾਂਚ ਕੀਤਾ ਹਾਂਜੀ ਅੰਮ੍ਰਿਤ ਮਹਾਉਤਸਵ ਪੌਡਕਾਸਟ ਕਿਸ ਨੇ ਲਾਂਚ ਕੀਤਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਬੀ ਜੀ ਕੇ ਰੈਡੀ ਸੰਸਕ੍ਰਿਤ ਮੰਤਰੀ ਆਹੇ ਜੀ ਕੇ ਰੈਡੀ ਇਹਨਾਂ ਨੇ ਅੰਮ੍ਰਿਤ ਮਹਾਉਤਸਵ ਪੌਡਕਾਸਟ ਲਾਂਚ ਕੀਤਾ ਨੈਕਸਟ ਕੁਐਸਚਨ ਕਿਸ ਨੂੰ ਆਇਸਰ ਮੋਟਰਦਾਨ ਨਮਾ ਐਮ ਡੀ ਨਿਯੁਕਤ ਕੀਤਾ ਗਿਆ ਹੈ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੀ ਸਿੰਧਾਰਥ ਲਾਲ ਨੂੰ ਸਿੰਧਾਰਥ ਲਾਲ ਨੂੰ ਆਇਸਰ ਮੋਟਰ ਦਾ ਨਵਾਂ ਐਮ ਡੀ ਨਿਯੁਕਤ ਕੀਤਾ ਗਿਆ ਹੈ ਹੁਣ ਅਸੀਂ ਗੱਲ ਕਰ ਰਹੇ ਹਾਂ ਆਇਸਰ ਮੋਟਰ ਦੀ ਇਹਦੀ ਸਥਾਪਨਾ ਕਦੋਂ ਹੋਈ ਸੀ 1948 ਦੇ ਵਿੱਚ ਤੇ ਇਹਦਾ ਹੈੱਡ ਕੁਆਰਟਰ ਕਿੱਥੇ ਹੈ ਨਵੀਂ ਦਿੱਲੀ ਦੇ ਵਿੱਚ ਨੈਕਸਟ ਕੁਐਸ਼ਨ ਇੰਟਰਨੈਟ ਪ੍ਰੋਟੋਕੋਲ ਪ੍ਰਣਾਲੀ ਤੇ ਭਾਰਤ ਦੇ ਪਹਿਲੇ ਰੇਡੀਓ ਦਾ ਉਦਘਾਟਨ ਕਿੱਥੇ ਕੀਤਾ ਗਿਆ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਬੀ ਕੋਲਕੱਤਾ ਦੇ ਵਿੱਚ ਇੰਟਰਨੈਟ ਪ੍ਰੋਟੋਕੋਲ ਪ੍ਰਣਾਲੀ ਤੇ ਭਾਰਤ ਦੇ ਪਹਿਲੇ ਰੇਡੀਓ ਦਾ ਉਦਘਾਟਨ ਕੋਲਕੱਤਾ ਦੇ ਵਿੱਚ ਕੀਤਾ ਗਿਆ ਠੀਕ ਹੈ ਰੇਡੀਓ ਓਵਰ ਇੰਟਰਨੈਟ ਪ੍ਰੋਟੋਕੋਲ ਤੇ ਕਿੱਥੇ ਕੀਤਾ ਗਿਆ ਵਾ ਕੋਲਕੱਤਾ ਦੇ ਵਿੱਚ ਸਿਆਸਾ ਦੇ ਵਿੱਚ ਕੀਤਾ ਗਿਆ ਵਾ ਨੈਕਸਟ ਕੁਐਸ਼ਨ ਹਾਂਜੀ ਇੱਥੇ ਤੁਸੀਂ ਯਾਦ ਰੱਖਣਾ ਕਲਕੱਤਾ ਦੇ ਵਿੱਚ ਸਿਆਲ ਮੁਖਰਜੀ ਪੋਰਟ ਉੱਪਰ ਇਸ ਦਾ ਉਦਘਾਟਨ ਕੀਤਾ ਗਿਆ ਇੰਟਰਨੈਟ ਪ੍ਰੋਟੋਕੋਲ ਪ੍ਰਣਾਲੀ ਦਾ ਨੈਕਸਟ ਕੁਐਸਚਨ ਕਮਲਾ ਹੈਰਿਸ ਸਿਰਲੇਖ ਵਾਲੀ ਨਵੀਂ ਕਿਤਾਬ ਕਿਸ ਨੇ ਲਿਖੀ ਆ ਹਾਂਜੀ ਕਮਲਾ ਹੈਰਿਸ ਸਿਰਲੇਖ ਵਾਲੀ ਨਵੀਂ ਕਿਤਾਬ ਇਹ ਲਿਖੀ ਆ ਜੀ ਆਪਸ਼ਨ ਨੰਬਰ ਸੀ ਇਸ ਆ ਰਾਈਟ ਆਨਸਰ ਚਿੰ다ਨੰਦ ਰਾਜ ਘਟਾ ਨੇ ਚਿੰ다ਨੰਦ ਰਾਜ ਘਟਾ ਨੇ ਨਮੀ ਬੁੱਕ ਲਿਖੀ ਆ ਕਮਲਾ ਹੈਰਿਸ ਰਿਲੇਖ ਵਾਲੀ ਕਮਲਾ ਹੈਰਿਸ ਨਾਮ ਸੁਣ ਕੇ ਤੁਹਾਨੂੰ ਜਾਤਾ ਇਹੀ ਹੋਣਾ ਕਿ ਕਮਲਾ ਹੈਰਿਸ ਅਮਰੀਕਾ ਦੀ ਵਾਈਸ ਪ੍ਰੈਜ਼ੀਡੈਂਟ ਆ ਠੀਕ ਹੈ ਜੀ ਕਮਲਾ ਹੈਰਿਸ ਦੀ ਨਾਮ ਤੇ ਜਿਹੜੀ ਬੁੱਕ ਲਿਖੀ ਹੈ ਇਹਨਾਂ ਨੇ ਬੁੱਕ ਦਾ ਨਾਮ ਕੀ ਆ ਕਮਲਾ ਹੈਰਿਸ ਕਮਲਾ ਹੈਰਿਸ ਫੈਨੋਮੈਨਲ ਊਮਨ ਨਾਮ ਦੀ ਬੁੱਕ ਲਿਖੀ ਆ ਠੀਕ ਹੈ ਜੀ ਕਿ ਇਹਨਾਂ ਨੇ ਲਿਖੀ ਆ ਚਿੰ다ਨੰਦ ਰਾਜ ਘਟਾਣੇ ਠੀਕ ਹੈ ਇੱਕ ਪੱਤਰਕਾਰ ਅਤੇ ਰਾਈਟਰ ਆ ਤੇ ਇਹਨਾਂ ਨੇ ਕਮਲਾ ਹੈਰਿਸ ਦੀ ਜੀਵਨੀ ਦੇ ਉੱਪਰ ਬੁੱਕ ਲਿਖੀ ਆ ਕਮਲਾ ਹੈਰਿਸ ਫੈਨੋਮੈਨਲ ਊਮਨ ਨਾਮ ਦੀ ਪੁਸਤਕ ਤੇ ਕਮਲਾ ਹੈਰਿਸ ਦੇਖੋ ਇਹ ਅਮਰੀਕਾ ਦੀ ਪਹਿਲੀ ਮਹਿਲਾ ਵਾਈਸ ਪ੍ਰੈਜ਼ੀਡੈਂਟ ਹੈ ਵੀ ਤੁਸੀਂ ਯਾਦ ਰੱਖਣਾ ਇਹਨਾਂ ਦੀਆਂ ਵੀ ਤਿੰਨ ਬੁੱਕਸ ਇੰਪੋਰਟੈਂਟ ਆ ਪਹਿਲੀ ਹੈਗੀ ਆ ਸੁਪਰ ਹੀਰੋਜ਼ ਆਰ 에ਵਰੀਵੇਅਰ ਸੈਕਿੰਡ ਆ ਦਾ ਟਰਸ ਵੀ ਹੋਲਡ ਐਂਡ ਥਰਡ ਆ ਸਮਾਰਟ ਔਨ ਕਰੈਮ ਨੈਕਸਟ ਕੁਐਸਚਨ ਹਾਲ ਹੀ ਵਿੱਚ ਭਾਰਤ ਅਤੇ ਕਿਹੜੇ ਦੇਸ਼ ਨੇ ਨਵੀਂ ਦਿੱਲੀ ਵਿੱਚ ਪਹਿਲੀ ਰਣਨੀਤਿਕ ਗੱਲਬਾਤ ਕੀਤੀ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਬੀ ਕਿਰਗਿਸਥਾਨ ਹਾਂਜੀ ਕਿਰਗਿਸਥਾਨ ਅਤੇ ਭਾਰਤ ਨੇ ਨਵੀਂ ਦਿੱਲੀ ਵਿੱਚ ਪਹਿਲੀ ਰਣਨੀਤਿਕ ਗੱਲਬਾਤ ਕੀਤੀ ਹੁਣ ਅਸੀਂ ਗੱਲ ਕਰ ਰਹੇ ਹਾਂ ਕਿਰਗਿਸਥਾਨ ਦੀ ਕਿਰਗਿਸਥਾਨ ਦੀ ਕੈਪੀਟਲ ਕੀ ਆ ਬਿਸਕਿਤ ਤੇ ਇਥੋਂ ਦੀ ਕਰੰਸੀ ਕੀ ਆ ਕਿਰਗਿਸਥਾਨੀ ਸੋਮ ਇਤੋਂ ਦੇ ਪ੍ਰੈਜ਼ੀਡੈਂਟ ਹੈਗੇ ਆ ਐਸ ਯਪਾਰੋ ਨੈਕਸਟ ਕੁਐਸ਼ਨ ਹਾਂਜੀ ਕਿਹੜਾ ਰਾਜ ਹਰ ਘਰ ਲਈ ਓਡੀਐਫ ਅਤੇ ਬਿਜਲੀ ਪ੍ਰਾਪਤ ਕਰਨ ਵਾਲਾ ਪਹਿਲਾ ਰਾਜ ਬਣ ਗਿਆ ਹੈ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੀ ਗੋਆ ਹਾਂਜੀ ਕੁਐਸ਼ਨ ਇੰਪੋਰਟੈਂਟ ਆ ਗੋਆ ਇਸ ਤਰ੍ਹਾਂ ਦਾ ਰਾਜ ਆ ਜਿਹੜਾ ਪਹਿਲਾ ਰੇਬੀਜ਼ ਬੀਸ ਮੁਕਤ ਹੋਣ ਵਾਲਾ ਭਾਰਤ ਦਾ ਪਹਿਲਾ ਰਾਜ ਬਣਿਆ ਤੇ ਹੁਣ ਹਰ ਘਰ ਲਈ ਓਡੀਐਫ ਅਤੇ ਬਿਜਲੀ ਪ੍ਰਾਪਤ ਕਰਨ ਵਾਲਾ ਪਹਿਲਾ ਰਾਜ ਬਣਿਆ ਇਹ ਵੀ ਤੁਸੀਂ ਯਾਦ ਰੱਖਣਾ ਠੀਕ ਹੈ ਹਾਂਜੀ ਹੁਣ ਅਸੀਂ ਗੱਲ ਕਰ ਰਹੇ ਹਾਂ ਗੋਆ ਦੀ ਗੋਆ ਦੀ ਕੈਪੀਟਲ ਕੀ ਆ ਪੜਜੀ ਤੇ ਗੋਆ ਦੇ ਚੀਫ ਮਿਨਿਸਟਰ ਕੌਣ ਨੇ ਪਰਮੋਤ ਸਾਬੰਤ ਤੇ ਗੋਆ ਦੇ ਗਵਰਨਰ ਕੌਣ ਨੇ ਪੀਐਸ ਸ੍ਰੀਦਰ ਪਿੱਲੇ ਗੋਆ ਸਥਾਪਨਾ ਦੇ ਮਨਾਇਆ ਜਾਂਦਾ ਇਹ ਕਦੋਂ ਮਨਾਇਆ ਜਾਂਦਾ ਹਰ ਸਾਲ 3 ਮਈ ਨੂੰ ਗੋਆ ਮੁਕਤੀ ਦਿ ਦੇ ਮਨਾਇਆ ਜਾਂਦਾ ਗੋਆ ਲਿਬ੍ਰੇਸ਼ਨ ਡੇ ਇਹ ਕਦੋਂ ਮਨਾਇਆ ਜਾਂਦਾ ਹਰ ਸਾਲ 19 ਦਸੰਬਰ ਨੂੰ ਕਿਉਂ ਮਨਾਇਆ ਜਾਂਦਾ ਕਿਉਂਕਿ 19 ਦਸੰਬਰ 1961 ਨੂੰ ਗੋਆ ਪੁਰਤਗਾਲੀਆਂ ਤੋਂ ਮੁਕਤ ਹੋਇਆ ਸੀ ਇਸ ਕਰਕੇ ਗੋਆ ਮੁਕਤੀ ਦਿ ਹਰ ਸਾਲ 19 ਦਸੰਬਰ ਨੂੰ ਮਨਾਇਆ ਜਾਂਦਾ ਪਹਿਲਾ ਅਲਕੋਹਲ ਮਿਊਜ਼ੀਅਮ ਗੋਆ ਦੇ ਵਿੱਚ ਖੁੱਲੇ ਖੋਲਿਆ ਗਿਆ ਰੈਵਿਸ ਮੁਕਤ ਘੋਸ਼ਿਤ ਹੋਣ ਵਾਲਾ ਪਹਿਲਾ ਰਾਜ ਬਣਿਆ ਭਾਰਤ ਦਾ ਗੋਆ ਗੋਆ ਵਿੱਚ ਡਾਕਟਰ ਸਲੀਮ ਅਲੀ ਪੰਛੀ ਵਿਹਾਰਾ ਮੋਦਲਾ ਵਾਇਰਲੈਸ ਸੈਂਸਰੀਆ ਕੋਟੀਗੋ ਵਾਇਰਲੈਸ ਸੈਂਸਰੀਆ ਇਹਨਾਂ ਤੁਸੀਂ ਯਾਦ ਰੱਖਣਾ ਗੋਆ ਦੇ ਬਾਰੇ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ